ਨਵਜੋਤ ਸਿੰਘ ਸਿੱਧੂ ਜਿਹੜਾ 5 ਸਾਲ ਇੱਥੇ ਨਹੀਂ ਵੜਿਆ, ਪਹਿਲਾਂ ਉਹਨੂੰ ਅਕਾਲੀ ਦਲ ਚੋਂ ਕੱਢਿਆ ਗਿਆ ਉਹਦੀ ਇਸੇ ਕਰਤੂਤਾਂ ਤੋਂ, ਉਹਨੇ ਕਾਂਗਰਸ ਚ ਆ ਕੇ ਵੀ ਇਹੋ ਗੰਦ ਪਾਇਆ। ਸਾਡੇ ਮਜੀਠੀਆ ਸਾਹਿਬ ਤੇ FIR ਕਰਾਉਣ ਦੀ ਕੋਸ਼ਿਸ਼ ਕੀਤੀ ਆ, ਅਸੀਂ ਇੱਥੇ ਕੈਸ਼ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ, ਇੱਥੇ ਦਾ ਜਵਾਬ ਪੁੱਥਰ ਨਾਲ ਮੋੜ ਕੇ ਦੇਵਾਂਗੇ। ਲੇਕਿਨ ਸ਼੍ਰੋਮਣੀ ਅਕਾਲੀ ਦਲ ਕਿਸੇ ਦਾ ਦਬਾਇਆ ਦੱਬਦਾ ਨਹੀਂ, ਅਸੀਂ ਜਿੰਨੀ ਦੇਰ ਤੱਕ ਉਹ ਠੋਕੋ ਤਾੜੀ ਇੱਥੇ ਨਹੀਂ ਆਉਂਦਾ, ਅਸੀਂ ਉੰਨੀ ਦੇਰ ਤੱਕ ਇੱਥੇ ਇਸੇ ਤਰ੍ਹਾਂ ਡਟੇ ਰਹਾਂਗੇ। ਪਰਚਾ ਦੇਣ ਲਈ ਉਹਦੇ ਉੱਤੇ IG ਬਦਲੇ, DIG ਬਦਲੇ, ਤੁਹਾਡੇ ਆਪਣੇ ਅਫਸਰਾਂ ਨੇ ਇਹ ਪਰਚਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਫਿਰ ਵੀ ਤੇਰੀ ਧੋਣ ਦੇ ਵਿੱਚ ਜਿਹੜਾ ਸਰੀਆ ਸੀ ਤੂੰ ਉਹ ਸਰੀਆ ਅੜਾ ਕੇ ਸਰਦਾਰ ਬਿਕਰਮ ਜੀਠੀਆ ਦਾ ਝੂਠਾ ਪਰਚਾ ਕਰਾਇਆ। ਅੱਜ ਅਸੀਂ ਤੈਨੂੰ ਇਹ ਗੱਲ ਦੱਸ ਦੇਣੀ ਚਾਹੁੰਦੇ ਹਾਂ, ਹਾਲੇ ਤਾਂ ਸ਼ੁਰੂਆਤ ਆ, ਤੈਨੂੰ ਪੂਰੇ ਹਲਕੇ ਦੇ ਵਿੱਚ ਵੜਨ ਨਹੀਂ ਦਿੱਤਾ ਜਾਏਗਾ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਤੇ ਮੁਕੱਦਮਾ ਦਰਜ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਅੰਮ੍ਰਿਤਸਰ 'ਚ ਜ਼ਬਰਦਸਤ ਵਿਰੋਧ ਦੇਖਣ ਨੂੰ ਮਿਲਿਆ ਹੈ। ਜੀ ਹਾਂ, ਤਸਵੀਰਾਂ ਵਿਧਾਨ ਸਭਾ ਹਲਕਾ ਅਧੀਨ ਆਉਂਦੇ ਬੇਰਕਾ ਕਸਬੇ ਤੋਂ ਸਾਹਮਣੇ ਆਈਆਂ ਨੇ, ਜਿੱਥੇ ਅਕਾਲੀ ਵਰਕਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਜ਼ਬਰਦਸਤ ਵਿਰੋਧ ਕੀਤਾ ਗਿਆ ਹੈ। ਇਸ ਦੌਰਾਨ ਉਹਨਾਂ ਵੱਲੋਂ ਸਿੱਧੂ ਅਤੇ ਕਾਂਗਰਸ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਾਲਾਂਕਿ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਨੇ ਲਗਾਤਾਰ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਜਾਰੀ ਰੱਖਿਆ। ਹਲਾਉਣਾ ਪ੍ਰਦਰਸ਼ਨ ਦੌਰਾਨ ਅਕਾਲੀ ਵਰਕਰਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀਆਂ ਕੋਝੀਆਂ ਹਰਕਤਾਂ ਕਰਕੇ ਉਸ ਨੂੰ ਅਕਾਲੀ ਦਲ ਚੋਂ ਬਾਹਰ ਕੱਢਿਆ ਗਿਆ। ਉਹਨਾਂ ਕਿਹਾ ਕਿ ਮਜੀਠੀਆ ਖਿਲਾਫ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਵੱਲੋਂ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ ਅਤੇ ਧੱਕੇਸ਼ਾਹੀ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚਰਨਜੀਤ ਕੌਰ ਵੇਰਕਾ, BCB ਸਟੇਟ, ਅਕਾਲੀ ਦਲ ਪੰਜਾਬ। ਅੱਜ ਨਵਜੋਤ ਸਿੰਘ ਸਿੱਧੂ ਜਿਹੜਾ 5 ਸਾਲ ਇੱਥੇ ਨਹੀਂ ਵੜਿਆ, ਪਹਿਲਾਂ ਉਹਨੂੰ ਅਕਾਲੀ ਦਲ ਚੋਂ ਕੱਢਿਆ ਗਿਆ ਉਹਦੀ ਇਸੇ ਕਰਤੂਤਾਂ ਤੋਂ, ਉਹਨੇ ਕਾਂਗਰਸ 'ਚ ਆ ਕੇ ਵੀ ਇਹੋ ਗੰਦ ਪਾਇਆ ਔਰ ਇਹਨੇ ਹਲਕਿਆਂ ਦੀ ਬਾਤ ਤੱਕ ਨਹੀਂ ਪੁੱਛੀ। ਅੱਜ ਇਲੈਕਸ਼ਨ ਦਾ ਟਾਈਮ ਆ ਗਿਆ, ਇਹ ਤਾਂ ਕੱਟ ਕਰਦਾ ਫਿਰਦਾ। ਇੱਥੇ ਵੇਰਕੇ ਦੇ ਹਲਕਿਆਂ 'ਚ ਜਾ ਕੇ ਪੁੱਛੋ ਕੀ ਹਾਲਾਤ ਆ ਸਾਡੇ, ਲੋਕ ਨਰਕ ਵਰਗੀ ਜ਼ਿੰਦਗੀ ਜੀ ਰਹੇ ਆ ਔਰ ਚੋਣਾਂ ਰਾਤ ਦਾ ਉਹਨਾਂ ਨੇ ਕਾਲੀ ਕਰਤੂਤ ਕਾਂਗਰਸ ਸਰਕਾਰ ਨੇ ਘੋਲੀ ਆ। ਸਾਡੇ ਮਜੀਠੀਆ ਸਾਹਿਬ ਤੇ FIR ਕਰਾਉਣ ਦੀ ਕੋਸ਼ਿਸ਼ ਕੀਤੀ ਆ, ਅਸੀਂ ਇੱਥੇ ਕੈਸ਼ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ, ਇੱਟ ਦਾ ਜਵਾਬ ਪੁੱਥਰ ਨਾਲ ਮੋੜ ਕੇ ਦੇਵਾਂਗੇ। ਆਪਣੀ ਆਵਾਜ਼ ਉਹਨਾਂ ਤੱਕ ਪਹੁੰਚਾਉਣੀ ਆ, ਲੇਕਿਨ ਪੁਲਿਸ ਕਹਿੰਦੀ ਸਾਡੇ ਤੇ ਇੰਨਾ ਪ੍ਰੈਸ਼ਰ ਆ, ਸਾਡੀ ਡਿਊਟੀ ਆ, ਅਸੀਂ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ, ਇਹ ਸਾਨੂੰ ਅੱਗੇ ਨਹੀਂ ਜਾਣ ਦੇਣ ਚਾਹੁੰਦੇ। ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਬਿਲਕੁਲ ਜੀ, ਸਾਨੂੰ ਧੋਕੇ ਗੱਡੀਆਂ 'ਚ ਖੜਨ ਦੀ ਕੋਸ਼ਿਸ਼ ਕੀਤੀ ਆ, ਲੇਕਿਨ ਅਸੀਂ ਇੱਥੇ ਬੈਠ ਗਏ ਆ, ਸਾਡਾ ਇੱਕ ਦੁਕਾਨ ਛੱਡ ਕੇ ਨਾਲ ਹੀ ਦਫ਼ਤਰ ਆ ਅਕਾਲੀ ਦਲ ਦਾ, ਸਾਨੂੰ ਦਫ਼ਤਰ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ, ਸਾਨੂੰ ਉੱਥੋਂ ਵੀ ਰੋਕਿਆ ਗਿਆ ਇਹਨਾਂ ਨੇ ਔਰ ਸਾਡਾ ਧੱਕੇਸ਼ਾਹੀ ਹੋ ਰਹੀ ਆ। ਮਜੀਠੀਆ ਸਾਹਿਬ ਦਾ ਧੱਕੇਸ਼ਾਹੀ ਤੁਰੋ ਤੁਰ ਕਰ ਲਈ ਆ, ਇਹਦਾ ਵੀ ਜਵਾਬ ਜਲਦੀ ਦੇਵਾਂਗੇ। ਜਿਹੜੀ ਅੱਜ ਵੀ ਸਾਡੇ ਧੱਕੇਸ਼ਾਹੀ ਹੋ ਰਹੀ ਆ, ਇਹਦਾ ਵੀ ਜਵਾਬ ਜਲਦੀ ਦੇਵਾਂਗੇ। ਅਸੀਂ ਕੁਝ, ਮੈਂ ਸੰਦੀਪ ਸਿੰਘ ਸੰਨੀ ਵੇਰਕਾ, ਮੈਂ ਸਰ ਬੇਨਤੀ ਕਰਨੀ ਚਾਹੁੰਦਾ, ਅੱਜ ਸਾਡੇ ਸਾਡੇ ਹਲਕੇ ਦੇ ਵਿੱਚ 4.5 ਸਾਲ ਤੋਂ ਕੰਮ ਕਰਨੀ ਨਹੀਂ ਸੁੱਤਾ ਪੰਜਾਬ ਦਾ ਪ੍ਰਧਾਨ, ਕੰਪਰੋਮਾਈਜ਼ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਇਸ ਹਲਕੇ ਦੇ ਵਿੱਚ ਆ ਰਿਹਾ ਸੀ। ਸਾਡੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਸਾਡੇ ਮਾਝੇ ਦੇ ਜਰਨੈਲ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਜੋ ਝੂਠਾ ਪਰਚਾ ਕੀਤਾ ਗਿਆ, ਸਿਆਸਤ ਤੋਂ ਪ੍ਰੇਰਿਤ ਪਰਚਾ ਕੀਤਾ ਗਿਆ, ਉਸ ਦੇ ਵਿਰੋਧ ਵਿੱਚ ਅੱਜ ਅਸੀਂ ਇਸ ਠੋਕੋ ਤੁਹਾਡੀ ਕੋਲ ਜਵਾਬ ਮੰਗਣਾ ਸੀ, ਲੇਕਿਨ ਸਾਨੂੰ ਸਾਡੀ ਪੁਲਿਸ ਪ੍ਰਸ਼ਾਸਨ ਨੇ ਰੋਕਿਆ, ਜ਼ਬਰਦਸਤੀ ਸਾਡੇ ਨਾਲ ਧੱਕਾ ਕੀਤਾ। ਲੇਕਿਨ ਸ਼੍ਰੋਮਣੀ ਅਕਾਲੀ ਦਲ ਕਿਸੇ ਦਾ ਦਬਾਇਆ ਦੱਬਦਾ ਨਹੀਂ, ਅਸੀਂ ਜਿੰਨੀ ਦੇਰ ਤੱਕ ਉਹ ਠੋਕੋ ਤਾੜੀ ਇੱਥੇ ਨਹੀਂ ਆਉਂਦਾ, ਅਸੀਂ ਉੰਨੀ ਦੇਰ ਤੱਕ ਇੱਥੇ ਇਸੇ ਤਰ੍ਹਾਂ ਡਟੇ ਰਹਾਂਗੇ ਔਰ ਉਸ ਕੋਲ ਜਵਾਬ ਲਵਾਂਗੇ ਕਿ ਜਿਹੜੀ ਤੂੰ ਝੂਠ ਦੀ ਰਾਜਨੀਤੀ ਸ਼ੁਰੂ ਕੀਤੀ।
ਹੈਗੀ ਆ ਪੰਜਾਬ ਦੇ ਵਿੱਚ ਉਹਦਾ ਜਵਾਬ ਮੰਗਾਂਗੇ ਉੱਠੋ ਕੁ ਜਾ ਕੇ ਉਹਨੂੰ ਇਹ ਗੱਲ ਪੁੱਛਾਂਗੇ ਕਿ ਜਿਹੜਾ ਸਾਡੇ ਮਾਜੇ ਦੇ ਜਰਨੈਲ ਦੇ ਉੱਤੇ ਤੂੰ ਝੂਠਾ ਪਰਚਾ ਸੋਵਾਂ ਖਾਧੀਆਂ ਆਈ ਜੀ ਬਦਲੇ ਉਹਦੇ ਪਰਚਾ ਦੇਣ ਲਈ ਉਹਦੇ ਉੱਤੇ ਆਈ ਜੀ ਬਦਲੇ ਡੀ ਆਈ ਜੀ ਬਦਲੇ ਤੁਹਾਡੇ ਆਪਣੇ ਅਫਸਰਾਂ ਨੇ ਇਹ ਪਰਚਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਫਿਰ ਵੀ ਤੇਰੀ ਧੋਣ ਦੇ ਵਿੱਚ ਜਿਹੜਾ ਸਰੀਆ ਸੀ ਤੂੰ ਉਹ ਸਰੀਆ ਅੜਾ ਕੇ ਸਰਦਾਰ ਬਿਕਰਮ ਜੀਠੀਆ 'ਤੇ ਝੂਠਾ ਪਰਚਾ ਕਰਾਇਆ ਅੱਜ ਅਸੀਂ ਤੁਹਾਨੂੰ ਇਹ ਗੱਲ ਦੱਸ ਦੇਣੀ ਚਾਹੁੰਦੇ ਹਾਂ ਹਾਲੇ ਤਾਂ ਸ਼ੁਰੂਆਤ ਆ ਤੈਨੂੰ ਪੂਰੇ ਹਲਕੇ ਦੇ ਵਿੱਚ ਵੜਨ ਨਹੀਂ ਦਿੱਤਾ ਜਾਏਗਾ ਜੇ ਅੱਜ ਸਾਨੂੰ ਹੁਣੇ ਹੀ ਥੋੜ੍ਹੀ ਦੇਰ ਪਹਿਲਾਂ ਪਤਾ ਲੱਗਾ ਕਿ ਸਿੱਧੂ ਜਿਹੜਾ ਇੱਥੇ ਆ ਰਿਹਾ ਹੈ ਜੇਕਰ ਤਾਂ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਤਾਂ ਸਾਨੂੰ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਰੋਕ ਸਕਦਾ ਸੀ ਇੱਥੇ ਸੰਗਤਾਂ ਦਾ ਹੜ ਆ ਜਾਣਾ ਸੀ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਹਾਂ ਅੱਜ ਸਿੱਧੂ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਇੱਥੇ ਨਹੀਂ ਜਾਏਗਾ ਨਹੀਂ ਤਾਂ ਅੱਛਾ ਅਸੀਂ ਉਹਦੀਆਂ ਗੱਡੀਆਂ ਦੇ ਅੱਗੇ ਵੀ ਲੰਬੇ ਪਵਾਂਗੇ ਔਰ ਉਹਦੀ ਧੋਣ ਦੇ ਉੱਤੇ ਗੋਡਾ ਰੱਖਾਂਗੇ ਔਰ ਮਜੀਠੀਆ ਤੌਰ 'ਤੇ ਕੀਤੇ ਝੂਠੇ ਪਰਚੇ ਦਾ ਜਵਾਬ ਮੰਗਾਂਗੇ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਵੇਰਕਾ ਕਸਬੇ 'ਚ ਇੱਕ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਨ ਪਹੁੰਚੇ ਸੀ ਜਿੱਥੇ ਅਕਾਲੀ ਵਰਕਰਾਂ ਵੱਲੋਂ ਸਿੱਧੂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਅਤੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਵੱਲੋਂ ਪਿਛਲੇ 4.5 ਸਾਲਾਂ 'ਚ ਕਸਬੇ ਦਾ ਕੋਈ ਵੀ ਵਿਕਾਸ ਨਹੀਂ ਕੀਤਾ ਗਿਆ ਅਤੇ ਹੁਣ ਵੋਟਾਂ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਦੱਸ ਦਈਏ ਕਿ ਮਜੀਠੀਆ 'ਤੇ ਬੀਤੀ ਸ਼ਾਮ ਡਰੱਗ ਮਾਮਲੇ ਨੂੰ ਲੈ ਕੇ ਪਰਚਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਕਾਂਗਰਸ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ